ਜਗਬਾਣੀ ਟੀਵੀ ਦੇਖ ਰਹੇ ਹੋ ਤੁਸੀਂ। ਇਸ ਵਕਤ ਅਸੀਂ ਪਟਿਆਲਾ ਦੇ ਹਲਕਾ ਨਾਭਾ ਦੇ ਸਿਵਲ ਹਸਪਤਾਲ ਵਿਖੇ ਮੌਜੂਦ ਹਾਂ, ਜਿੱਥੇ 2016 ਦੇ ਵਿੱਚ ਹੋਈ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਲਿਆਂਦਾ ਗਿਆ ਹੈ, ਜਿਸ ਦਾ ਮੈਡੀਕਲ ਹੋਵੇਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਜਿਹੜੀ ਹੈ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲੈ ਕੇ ਪਹੁੰਚੀ ਹੈ ਅਤੇ ਹੁਣ ਨਾਭਾ ਦੇ ਸਿਵਲ ਹਸਪਤਾਲ ਦੇ ਵਿੱਚ ਉਸਦਾ ਜਿਹੜਾ ਮੈਡੀਕਲ ਹੈ ਉਹ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਜਿਹੜਾ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਜੱਜ ਦੇ ਅੱਗੇ ਪੇਸ਼ ਵੀ ਕੀਤਾ ਜਾ ਸਕਦਾ ਹੈ। ਅਤੇ AIG ਹਰਵਿੰਦਰ ਸਿੰਘ ਵਿਰਕ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ, ਉਹਨਾਂ ਤੋਂ ਇਲਾਵਾ DSP ਦਵਿੰਦਰ ਅਤਰੀ ਅਤੇ ਨਾਲ ਹੀ DSP ਜਿਹੜੇ ਵਿਕਰਮ ਬਰਾੜ ਨੇ, AGTF ਦੇ ਜਿਹੜੇ ਕਾਫੀ ਫੇਮਸ ਨੇ ਅਫਸਰ, ਤਾਂ ਉਹ ਵੀ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਨਾਭਾ ਤੋਂ SHO ਹੈਰੀ ਬੋਪਰ ਆਏ ਸ਼ਾਮਿਲ ਨੇ ਇਸ ਟੀਮ ਦੇ ਵਿੱਚ ਅਤੇ SHO ਰੋਮੀ ਸਿੰਘ ਮੌਜੂਦ ਨੇ ਅਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਰਮਨਜੀਤ ਸਿੰਘ ਉਰਫ ਰੋਮੀ ਜਿਹੜਾ ਗੈਂਗਸਟਰ ਸੀਗਾ, ਜਿਹੜਾ ਮਾਸਟਰ ਮਾਈਂਡ ਸੀਗਾ ਪੂਰੀ ਸਾਜਿਸ਼ ਦਾ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ, ਤਾਂ ਉਸਨੂੰ ਲੈ ਕੇ ਆਉਂਦਾ ਗਿਆ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਮੀ ਨੂੰ ਜਿਹੜੀ ਪੰਜਾਬ ਪੁਲਿਸ ਹੈ ਹੁਣ ਮੈਡੀਕਲ ਕਰਵਾਉਣ ਦੇ ਲਈ ਨਾਭਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਪਹੁੰਚੀ ਹੈ, ਜਿੱਥੇ ਉਸਦਾ ਮੈਡੀਕਲ ਹੋਵੇਗਾ। ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਰੋਮੀ ਦੀਆਂ ਤਸਵੀਰਾਂ ਨੇ ਜਿਹੜੀਆਂ ਨਾਭਾ ਸਿਵਲ ਹਸਪਤਾਲ ਦੀਆਂ ਨੇ, ਤਾਂ ਨਾਭਾ ਸਿਵਲ ਹਸਪਤਾਲ ਦੇ ਵਿੱਚ ਉਸਦਾ ਮੈਡੀਕਲ ਜਿਹੜਾ ਹੁਣ ਕਰਵਾਇਆ ਜਾਵੇਗਾ। ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਰੋਮੀ ਦਾ ਮੈਡੀਕਲ ਹੋਣਾ। ਤਾਂ ਪੰਜਾਬ ਪੁਲਿਸ ਜਿਹੜੀ ਹੈ ਰੋਮੀ ਨੂੰ ਹੁਣ ਨਾਭਾ ਲੈ ਕੇ ਪਹੁੰਚ ਚੁੱਕੀ ਹੈ। ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਮੀ ਨੂੰ ਹੁਣ ਨਾਭਾ ਲੈ ਕੇ ਆਇਆ ਗਿਆ ਹੈ। ਨਾਭਾ ਦੇ ਵਿੱਚ ਉਸਦਾ ਜਿਹੜਾ ਹੁਣ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਹੋਵੇਗਾ, ਤਾਂ ਪੁਲਿਸ ਦਾ ਸਖਤ ਪਹਿਰਾ ਜਿਹੜਾ ਇਸ ਥਾਂ ਦੇ ਉੱਪਰ ਨਜ਼ਰ ਆ ਰਿਹਾ ਹੈ। ਤਾਂ ਇਹ ਤਸਵੀਰਾਂ ਨੇ ਕਿ ਪੰਜਾਬ ਪੁਲਿਸ ਜਿਹੜੀ ਹੈ ਹੁਣ ਰੋਮੀ ਨੂੰ ਜਿਹੜਾ ਨਾਭਾ ਲੈ ਕੇ ਪਹੁੰਚ ਚੁੱਕੀ ਹੈ। ਤਾਂ 2016 ਦੇ ਵਿੱਚ ਇਹ ਪੂਰੀ ਸਾਜਿਸ਼ ਜਿਹੜੀ ਹੈ ਰੋਮੀ ਦੀ ਤਰਫ ਤੋਂ ਰਚੀ ਜਾਂਦੀ ਹੈ। ਤਾਂ ਉਸਦੇ ਵਿੱਚ ਜਿਹੜਾ ਕਿਹਾ ਜਾ ਸਕਦਾ ਹੈ ਕਿ 4 ਗੈਂਗਸਟਰ ਅਤੇ 2 ਅੱਤਵਾਦੀ ਜਿਹੜੇ ਨੇ ਨਾਭਾ ਜੇਲ੍ਹ ਦੇ ਵਿੱਚੋਂ ਭੱਜਦੇ ਨੇ, ਫਰਾਰ ਹੁੰਦੇ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਰੋਮੀ ਦਾ ਜਿਹੜਾ ਮੈਡੀਕਲ ਹੈ ਉਹ ਹੋ ਰਿਹਾ। ਤਾਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਸਖਤ ਪਹਿਰਾ ਜਿਹੜਾ ਚਾਰੇ ਬੰਨੇ ਨਜ਼ਰ ਆ ਰਿਹਾ। 2016 ਦੇ ਵਿੱਚ ਜਿਹੜੀ ਇਹ ਪੂਰੀ ਸਾਜਿਸ਼ ਰਚੀ ਜਾਂਦੀ ਹੈ, ਜਿਸ ਦੇ ਵਿੱਚ ਗੈਂਗਸਟਰ ਜਿਹੜਾ ਕਹਿ ਸਕਦੇ ਹਾਂ ਕਿ ਭੱਜਦੇ ਨੇ ਜੇਲ੍ਹ ਦੇ ਵਿੱਚੋਂ ਅਤੇ ਉਸਦੇ ਨਾਲ ਹੀ 2 ਅੱਤਵਾਦੀ ਜਿਹੜੇ ਨੇ ਜੇਲ੍ਹ ਦੇ ਵਿੱਚੋਂ ਫਰਾਰ ਹੁੰਦੇ ਨੇ। ਪੁਲਿਸ ਦੀ ਵਰਦੀ ਪਾ ਕੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਿਹੜੇ 16 ਗੈਂਗਸਟਰ ਸੀਗੇ ਉਹ ਨਾਭਾ ਜੇਲ੍ਹ ਦੇ ਵਿੱਚ ਪਹੁੰਚਦੇ ਨੇ ਅਤੇ ਉੱਥੋਂ ਦੀ 6 ਜਿਹੜਾ ਲੋਕਾਂ ਨੂੰ ਭਜਾਉਣ ਦੇ ਵਿੱਚ, ਜਿਹੜੇ ਕਹਿ ਸਕਦੇ ਹਾਂ ਇਹ ਕੈਟਾਗਰੀ ਦੇ ਗੈਂਗਸਟਰ ਵੀ ਸੀਗੇ, 2 ਅੱਤਵਾਦੀ ਵੀ ਸੀਗੇ, ਉਹਨਾਂ ਨੂੰ ਭਜਾਉਣ ਦੇ ਵਿੱਚ ਸਫਲ ਹੁੰਦੇ ਨੇ। ਤਾਂ ਉਸ ਜਿਹੜਾ ਪੂਰੇ ਪਲਾਨ ਦਾ ਜਿਹੜਾ ਮਾਸਟਰ ਮਾਈਂਡ ਸੀਗਾ, ਤਾਂ ਉਹ ਰਮਨਜੀਤ ਸਿੰਘ ਉਰਫ ਰੋਮੀ ਸੀਗਾ, ਜਿਹੜਾ ਹਾਂਗਕਾਂਗ ਭੱਜ ਗਿਆ ਸੀਗਾ ਪਾਸਪੋਰਟ ਦੇ ਉੱਪਰ। ਤਾਂ ਉਸ ਨੂੰ ਹੁਣ ਭਾਰਤ ਲਿਆਂਦਾ ਗਿਆ। ਤਾਂ ਭਾਰਤ ਲਿਆਉਣ ਤੋਂ ਬਾਅਦ ਉਸਨੂੰ ਪਟਿਆਲਾ ਲੈ ਕੇ ਪਹੁੰਚੀ ਹੈ ਪੁਲਿਸ। ਤਾਂ ਵਿਕਰਮ ਬਰਾੜ ਨਜ਼ਰ ਆ ਰਹੇ ਸੀ, ਦਵਿੰਦਰ ਅਤਰੀ ਨਜ਼ਰ ਆ ਰਹੇ ਸੀਗੇ। ਪੁਲਿਸ ਦਾ ਸਖਤ ਪਹਿਰਾ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਬੰਨੇ ਇੱਥੇ ਨਜ਼ਰ ਆ ਰਿਹਾ। ਵਿੱਕੀ ਗਾਉਂਡਰ ਜਿਹੜਾ ਉਸ ਕੇਸ ਦੇ ਵਿੱਚ ਜਿਹੜਾ ਮੁੱਖ ਜਿਹੜਾ ਕਹਿ ਸਕਦੇ ਹਾਂ ਗੈਂਗਸਟਰ ਸੀਗਾ, ਜਿਹੜਾ ਜੇਲ੍ਹ ਤੋਂ ਫਰਾਰ ਹੋਇਆ ਸੀਗਾ, ਉਸਦੇ ਨਾਲ ਹੀ ਜੇਕਰ ਹੋਰ ਮੁਲਜ਼ਮਾਂ ਦੀ ਗੱਲ ਕਰ ਲਈਏ ਤਾਂ ਬਾਕੀ 6 ਲੋਕ ਜਿਹੜੇ ਨੇ ਉਹ ਜੇਲ੍ਹ ਦੇ ਵਿੱਚੋਂ ਭੱਜਦੇ ਨੇ। ਤਾਂ ਹਾਲਾਂਕਿ ਪੁਲਿਸ ਨੇ ਸਾਰੇ ਆਰੋਪੀਆਂ ਨੂੰ ਜ਼ਰੂਰ ਗ੍ਰਿਫਤਾਰ ਕਰ ਲਿੱਤਾ ਸੀਗਾ, ਲੇਕਿਨ ਉਸਦੇ ਵਿੱਚੋਂ ਜੇਕਰ ਹੁਣ ਦੀ ਗੱਲ ਕਰ ਲਈਏ ਤਾਂ ਕਸ਼ਮੀਰ ਦਲਵੱਟੀ ਜਿਹੜਾ ਹਜੇ ਵੀ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਤਾਂ 8 ਸਾਲ ਪੂਰਾ ਇਸ ਮਾਮਲੇ ਨੂੰ ਹੋ ਚੁੱਕੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਨਾਭਾ ਦੇ। ਤਾਂ ਸਿਵਲ ਹਸਪਤਾਲ ਦੇ ਬਾਹਰ ਅਸੀਂ ਮੌਜੂਦ ਹਾਂ। ਤਾਂ ਜੇ ਨਾਭਾ ਜੇਲ੍ਹ ਕਰਾਂਡ ਦੀ ਜੇਕਰ ਗੱਲ ਕਰ ਲਈਏ, ਬ੍ਰੇਕ ਕਾਂਡ ਦੀ ਗੱਲ ਕਰ ਲਈਏ, ਤਾਂ ਉਸਦੇ ਵਿੱਚ 6 ਲੋਕ ਜਿਹੜੇ ਭੱਜਦੇ ਨੇ ਜੇਲ੍ਹ ਦੇ ਵਿੱਚੋਂ, ਜੇਲ੍ਹ ਦੇ ਵਿੱਚੋਂ ਫਰਾਰ ਹੁੰਦੇ ਨੇ। 16 ਲੋਕ ਜਿਹੜੇ ਨੇ ਪੁਲਿਸ ਦੀ ਵਰਦੀ ਪਾ ਕੇ ਜੇਲ੍ਹ ਦੇ ਵਿੱਚ ਦਾਖਲ ਹੁੰਦੇ ਨੇ ਅਤੇ 6
ਲੋਕਾਂ ਨੂੰ ਉੱਥੋਂ ਦੀ ਜਿਹੜੇ ਚਾਰ ਗੈਂਗਸਟਰਾਂ ਨੂੰ ਅਤੇ ਦੋ ਅੱਤਵਾਦੀਆਂ ਨੂੰ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਅਸਫਲ ਹੋ ਜਾਂਦੇ ਨੇ। ਜਿਸ ਦੀ ਜੇਕਰ ਜਾਣਕਾਰੀ ਦਈਏ ਤਾਂ ਉਸ ਦੇ ਵਿੱਚ ਇਹ ਕੈਟਾਗਰੀ ਦੇ ਗੈਂਗਸਟਰ ਵਿੱਕੀ ਗਾਉਂਡਰ ਵੀ ਸ਼ਾਮਿਲ ਸੀਗਾ, ਉਸ ਦੇ ਨਾਲ ਹੀ ਜੇਕਰ ਹਰਵਿੰਦਰ ਮਿੰਟੂ ਵੀ ਸੀਗਾ। ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਭਾ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਮੈਡੀਕਲ ਕਰਵਾਉਣ ਦੇ ਲਈ ਰੋਮੀ ਨੂੰ ਹੁਣ ਨਾਭਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜੇਕਰ ਉਸ ਸਮੇਂ ਦੀ ਗੱਲ ਕਰੀਏ ਤਾਂ 27 ਨਵੰਬਰ 2016 ਦੇ ਵਿੱਚ ਇਹ ਪੂਰੀ ਸਾਜ਼ਿਸ਼ ਹੁੰਦੀ ਹੈ। ਤਾਂ ਸਾਜ਼ਿਸ਼ ਜਿਹੜੀ ਹੈ ਉਹ ਉਸਦਾ ਮਾਸਟਰ ਮਾਈਂਡ ਜਿਹੜਾ ਹੈ ਉਹ ਰਮਨਜੀਤ ਸਿੰਘ ਉਰਫ ਰੋਮੀ ਸੀਗਾ। ਤਾਂ ਵਿੱਕੀ ਗਾਉਂਡਰ ਜੇਲ੍ਹ ਤੋਂ ਫਰਾਰ ਹੁੰਦਾ, ਵਿੱਕੀ ਗਾਉਂਡਰ ਤੋਂ ਇਲਾਵਾ ਵੀ ਜਿਹੜੇ ਦੋ ਅੱਤਵਾਦੀ ਸੀਗੇ ਉਸ ਦੇ ਵਿੱਚ ਉਹ ਫਰਾਰ ਹੁੰਦੇ ਨੇ। ਉਸ ਦੇ ਨਾਲ ਹੀ ਜੇਕਰ ਗੱਲ ਕਰੀਏ ਚਾਰ ਗੈਂਗਸਟਰ ਜਿਹੜੇ ਏ ਕੈਟਾਗਰੀ ਦੇ ਸੀਗੇ ਉਹ ਜੇਲ੍ਹ ਦੇ ਵਿੱਚੋਂ ਭੱਜਦੇ ਨੇ। ਤਾਂ ਹਾਲਾਂਕਿ ਪੁਲਿਸ ਨੇ ਸਾਰੇ ਆਰੋਪੀਆਂ ਨੂੰ ਜ਼ਰੂਰ ਗ੍ਰਿਫਤਾਰ ਕਰ ਲਿੱਤਾ ਸੀਗਾ। ਜੇਕਰ ਹੁਣ ਦੀ ਗੱਲ ਕਰੀਏ ਤਾਂ ਮਿੰਟੂ ਦੀ ਜਿਹੜੀ ਹੈ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਵਿੱਕੀ ਗਾਉਂਡਰ ਦਾ ਜਿਹੜਾ ਪਹਿਲਾਂ ਹੀ ਇਨਕਾਊਂਟਰ ਜਿਹੜਾ ਵਿਕਰਮ ਬਰਾੜ ਜਿਹੜੇ DSP ਇਸ ਟੀਮ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਤਰਫ ਤੋਂ ਕੀਤਾ ਗਿਆ ਸੀਗਾ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਭਾ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਰਮਨਜੀਤ ਸਿੰਘ ਉਰਫ ਰੋਮੀ ਦਾ ਜਿਹੜਾ ਮੈਡੀਕਲ ਹੈ ਉਹ ਹੋ ਰਿਹਾ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਉਸ ਸਮੇਂ ਜੇਕਰ ਨਾਭਾ ਜੇਲ੍ਹ ਬ੍ਰੇਕ ਆਉਣ ਦੀ ਗੱਲ ਕਰੀਏ ਤਾਂ ਹਰਵਿੰਦਰ ਮਿੰਟੂ ਜਿਹੜਾ ਜੇਲ੍ਹ ਦੇ ਵਿੱਚੋਂ ਭੱਜਦਾ, ਕਸ਼ਮੀਰ ਦਲਵੱਟੀ ਜਿਹੜਾ ਜੇਲ੍ਹ ਦੇ ਵਿੱਚੋਂ ਭੱਜਦਾ, ਵਿੱਕੀ ਗਾਉਂਡਰ ਉਸ ਦੇ ਵਿੱਚ ਸ਼ਾਮਿਲ ਸੀਗਾ, ਗੁਰਪ੍ਰੀਤ ਸੇਖੋ ਸੀਗਾ, ਨੀਟਾ ਦਿਓਲ ਸੀਗਾ, ਅਮਨਦੀਪ ਢੁੱਡੀਆਂ ਸੀਗਾ, ਜਿਹੜੇ ਜੇਲ੍ਹ ਦੇ ਵਿੱਚੋਂ ਫਰਾਰ ਹੁੰਦੇ ਨੇ। ਜੇਕਰ ਰਮਨਦੀਪ ਸਿੰਘ ਉਰਫ ਰੋਮੀ ਦੀ ਗੱਲ ਕਰੀਏ ਤਾਂ ਉਹ ਗੁਰਪ੍ਰੀਤ ਸੇਖੋ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਤਾਂ ਜੇਲ੍ਹ ਦੇ ਵਿੱਚੋਂ ਜਦੋਂ ਰੋਮੀ ਰਿਹਾਅ ਹੁੰਦਾ, ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ, ਅਤੇ ਉਸ ਤੋਂ ਬਾਅਦ ਉਸਦੇ ਤਾਰ ਜਿਹੜੇ ਨੇ ISI ਦੇ ਨਾਲ ਵੀ ਜੁੜਦੇ ਨੇ। ਤਾਂ ਪੂਰੇ ਹਥਿਆਰ ਜਿਹੜੇ ਨੇ ਸਪਲਾਈ ਕਰਵਾਏ ਗਏ ਸੀਗੇ ਰੋਮੀ ਦੀ ਤਰਫ ਤੋਂ ਵਿਦੇਸ਼ ਪਹੁੰਚ ਕੇ। ਜਿਹੜੇ 16 ਗੈਂਗਸਟਰ ਜਿਹੜੇ ਨੇ ਉਹ ਜੇਲ੍ਹ ਬ੍ਰੇਕ ਕਾਂਡ ਕਰਨ ਦੇ ਲਈ ਪਹੁੰਚਦੇ ਨੇ, ਤਾਂ ਉਹਨਾਂ ਨੂੰ ਜਿਹੜੇ ਹਥਿਆਰ ਪਹੁੰਚਾਏ ਜਾਂਦੇ ਨੇ ਉਹ ਕਿਹਾ ਜਾ ਰਿਹਾ ਕਿ ਰੋਮੀ ਦੇ ਵੱਲੋਂ ਪਹੁੰਚਾਏ ਗਏ ਸੀਗੇ। ਤਾਂ ਇਹ ਪੂਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਪਹਿਰਾ ਜਿਹੜਾ ਇਸ ਥਾਂ ਦੇ ਉੱਪਰ ਨਜ਼ਰ ਆ ਰਿਹਾ, ਅਤੇ ਹੁਣ ਰੋਮੀ ਨੂੰ ਪਟਿਆਲਾ ਲੈ ਕੇ ਜਿਹੜੀ ਹੈ ਪੁਲਿਸ ਪਹੁੰਚ ਚੁੱਕੀ ਹੈ। ਤਾਂ ਮੈਡੀਕਲ ਜਿਹੜਾ ਰੋਮੀ ਦਾ ਚੱਲ ਰਿਹਾ ਅੰਦਰ, 2016 ਦੇ ਵਿੱਚ ਇਹ ਪੂਰੀ ਸਾਜ਼ਿਸ਼ ਜਿਹੜੀ ਹੈ ਰੋਮੀ ਦੀ ਤਰਫ ਤੋਂ ਰਚੀ ਜਾਂਦੀ ਹੈ। ਕੁੱਲ 16 ਹਥਿਆਰਾਂ ਦੇ ਨਾਲ ਲੈਸ ਹੋ ਕੇ ਗੈਂਗਸਟਰ ਜਿਹੜੇ ਨੇ ਨਾਭਾ ਜੇਲ੍ਹ ਦੇ ਵਿੱਚ ਪਹੁੰਚਦੇ ਨੇ। ਤਾਂ ਫਿਲਹਾਲ ਹੁਣ ਇਸ ਸਾਜ਼ਿਸ਼ ਦੇ ਜਿਹੜੇ ਮਾਸਟਰ ਮਾਈਂਡ ਸੀਗੇ ਰਮਨਜੀਤ ਉਰਫ ਰੋਮੀ ਜਿਹੜੇ ਨੇ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ, ਜਿਨ੍ਹਾਂ ਨੂੰ ਹੁਣ ਜਿਹੜਾ ਕਹਿ ਸਕਦੇ ਹਾਂ ਕਿ ਪਟਿਆਲਾ ਲੈ ਕੇ ਜਿਹੜੀ ਹੈ ਪੁਲਿਸ ਉਹ ਪਹੁੰਚੀ ਹੈ। ਇਸ ਟੀਮ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਦੇ ਵਿੱਚ AIG ਹਰਵਿੰਦਰ ਸਿੰਘ ਵਿਰਕ ਸ਼ਾਮਿਲ ਨੇ, DSP ਦਵਿੰਦਰ ਅਤਰੀ ਨੇ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ AGTF ਦੇ ਜਿਹੜੇ DSP ਕਾਫੀ ਫੇਮਸ ਨੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਨੇ। ਜਿਹੜੇ DSP ਵਿਕਰਮ ਬਰਾੜ ਨੇ ਉਹ ਇਸ ਟੀਮ ਦੇ ਵਿੱਚ ਸ਼ਾਮਿਲ ਨੇ, SHO ਹੈਰੀ ਬੋਪਾ ਰਾਏ ਨੇ, SHO ਰੋਨੀ ਸਿੰਘ ਨੇ, SI ਜਸਪ੍ਰੀਤ ਸਿੰਘ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਹਸਪਤਾਲ ਦੀ ਤਸਵੀਰ ਹੈ ਜਿੱਥੇ ਪੁਲਿਸ ਦਾ ਸਖਤ ਪਹਿਰਾ ਜਿਹੜਾ ਹੁਣ ਨਜ਼ਰ ਆ ਰਿਹਾ, ਚਾਰੇ ਬੰਨੇ ਜਿਹੜੀ ਹੈ ਪੁਲਿਸ ਜਿਹੜੀ ਹੈ ਇਸ ਥਾਂ ਦੇ ਉੱਪਰ ਨਜ਼ਰ ਆ ਰਹੀ ਹੈ। ਮੈਡੀਕਲ ਜਿਹੜਾ ਰੋਮੀ ਦਾ ਉਹ ਹੁਣ ਪੂਰਾ ਹੋ ਚੁੱਕਿਆ, ਜਿਸ ਤੋਂ ਬਾਅਦ ਉਸਨੂੰ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ। ਤਾਂ ਫਿਲਹਾਲ ਦੀ ਕੜੀ ਤੁਸੀਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸੀਕਨ ਸਿਕਿਉਰਿਟੀ ਜੇਲ੍ਹ ਨਾਭਾ ਦਾ ਜਿਹੜਾ ਅਕਿਊਜ਼ ਹੈਗਾ ਸੀ, ਮੇਨ ਮਾਸਟਰ ਮਾਈਂਡ ਹੈਗਾ ਸੀ, ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟ੍ਰਾਡਾਈਟ ਕਰਕੇ ਲੈ ਕੇ ਆਏ ਹਾਂ, ਉਹਦਾ ਹੁਣ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਸੀ। ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪਤਾਲ ਨਾਭਾ ਤੋਂ ਕਰਵਾਇਆ, ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਇਲਾਜ ਕਰਾਉਣਾ। ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ, ਫਿਲਹਾਲ ਅਸੀਂ ਜਿਹੜਾ ਇਸ ਫੈਕਟ ਦਾ ਕੀ ਕੰਸਰਨ ਇਹ ਜਿਹੜੀ ਹੈਗੀ ਆ, ਇਟਸ ਅ ਮੈਟਰ ਆਫ ਪ੍ਰਾਊਡ ਫੋਰ ਦੀ ਪੰਜਾਬ ਪੁਲਿਸ ਜਿਹੜਾ ਹੈਗਾ, ਸਾਡੀ ਪੰਜਾਬ ਪੁਲਿਸ ਮਾਨਯੋਗ DGP ਸਾਹਿਬ, ਸਾਡੇ ਮਿਸਟਰ ਗੌਰਵ ਯਾਦਵ ਉਹਨਾਂ ਦੀ ਰਹਿਨਮਈ ਹੇਠ, ਸਾਡੇ ਜਿਹੜੀ ਹੈਗੀ ਸਰਕਾਰ ਵੱਲੋਂ ਜਿਹੜੀ ਹੈਗੀ ਹੈ, ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਅਤੇ
ਸਟ੍ਰਿਕਟ ਜਿਹੜਾ ਹੈ ਕਿ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮ ਹੈ। ਸਰ ਮੈਡੀਕਲ ਕਰਵਾਇਆ ਹੈਗਾ, ਲੱਗਦਾ ਹੈਗਾ ਕਿ ਜਿੱਦਾਂ ਬਾਹਰਲੇ ਕੰਟਰੀ ਦੇ ਵਿੱਚ ਸੀਗੇ, ਸੋ ਕੋਈ ਸੀਗਾ ਸ਼ੰਕਾ ਕਿਸੇ ਚੀਜ਼ ਨੂੰ ਲੈ ਕੇ? ਨਹੀਂ ਜੀ, ਠੀਕ ਹੈ। ਹਿੰਦੀ ਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਮਨਜੀਤ ਸਿੰਘ ਉਰਫ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਹੈ। ਤਾਂ ਅਗਲਾ ਕਦੋਂ ਪੁਲਿਸ ਨੂੰ ਰਿਮਾਂਡ ਮਿਲਦਾ ਹੈ, ਪੁੱਛਗਿੱਛ ਦੇ ਲਈ ਜਾ ਕੇ ਕੀ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਉਹ ਦੇਖਣ ਵਾਲਾ ਹੋਵੇਗਾ। ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਨਾਭਾ ਜੇਲ੍ਹ ਵੱਲ ਨੂੰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਜਿਹੜੀ ਇਹ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਸੀਗੀ। ਨਾਭਾ ਜੇਲ੍ਹ ਬ੍ਰੇਕ ਹੋਈ ਸੀਗੀ, ਜਿਸ ਤੋਂ ਬਾਅਦ ਜਿਹੜੀ ਹੈ ਨਾਭਾ ਜੇਲ੍ਹ ਸੁਰਖੀਆਂ ਦੇ ਵਿੱਚ ਵੀ ਆਈ ਸੀਗੀ। ਸੁਰੱਖਿਆ ਨੂੰ ਲੈ ਕੇ ਕਾਫੀ ਸੁਰਖੀਆਂ ਜਿਹੜੀ ਹੈ ਇਸ ਜੇਲ੍ਹ ਨੇ ਬਟੋਰੀਆਂ ਸੀਗੀਆਂ, ਲੇਕਿਨ ਸੁਰੱਖਿਆ ਦੇ ਉੱਪਰ ਵੀ ਸਵਾਲ ਜਿਹੜੇ ਨੇ ਉਦੋਂ ਖੜ੍ਹੇ ਹੋਏ ਸੀਗੇ। ਲੇਕਿਨ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਜਿਹੜਾ ਰੋਮੀ ਨੂੰ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਹੈ ਹਾਂਗਕਾਂਗ ਤੋਂ ਪਟਿਆਲਾ ਲੈ ਕੇ ਪਹੁੰਚ ਚੁੱਕੀ ਹੈ। ਤਾਂ ਪਟਿਆਲਾ ਦੀ ਜ਼ਿਲ੍ਹਾ ਨਾਭਾ ਜੇਲ੍ਹ ਵਿਖੇ ਜਿਹੜਾ ਰੋਮੀ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ, ਤਾਂ ਜ਼ਿਲ੍ਹਾ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਗਿਆ ਸੀਗਾ। ਜੇਕਰ ਅੱਗੇ ਦੀ ਗੱਲ ਕਰੀਏ ਤਾਂ ਹਜੇ ਇਸ ਜਿਹੜਾ ਪੂਰੇ ਸਾਜ਼ਿਸ਼ ਦੇ ਵਿੱਚ ਜਦੋਂ ਜੇਲ੍ਹ ਤੋਂ ਫਰਾਰ ਹੁੰਦਾ ਦੁਲਵੱਟੀ, ਤਾਂ ਉਹ ਵੀ ਹਜੇ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ। ਤਾਂ ਉਸਨੂੰ ਕਦੋਂ ਪੰਜਾਬ ਲਿਆਂਦਾ ਜਾਵੇਗਾ, ਕਦੋਂ ਨਾਭਾ ਜਿਹੜਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ, ਉਹ ਵੀ ਦੇਖਣ ਵਾਲਾ ਹੋਵੇਗਾ। ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਹੈ, ਜਿਸ ਵਿੱਚ ਹੁਣ ਗੈਂਗਸਟਰ ਮਾਸਟਰ ਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਤਾਂ ਇਹ ਨਾਭਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਤਾਂ ਰੋਮੀ ਨੂੰ ਹੁਣ ਸ਼ਿਫਟ ਕਰ ਦਿੱਤਾ ਗਿਆ ਹੈ। ਤਾਂ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਪੁਲਿਸ ਜਿਹੜੀ ਹੈ ਭਾਰਤ ਲੈ ਕੇ ਪਹੁੰਚੀ ਸੀਗੀ। ਦਿੱਲੀ ਏਅਰਪੋਰਟ 'ਤੇ ਪਹੁੰਚੀ ਸੀ, ਏਅਰ ਇੰਡੀਆ ਫਲਾਈਟ ਦੇ ਰਾਹੀਂ ਜਿਹੜਾ ਪੰਜਾਬ ਲਿਆਂਦਾ ਗਿਆ ਸੀਗਾ ਉਸਨੂੰ। ਤਾਂ ਹੁਣ ਪੰਜਾਬ ਦੀ ਜੇਕਰ ਗੱਲ ਕਰੀਏ, ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਰੋਮੀ ਪਹੁੰਚ ਚੁੱਕੀ ਹੈ। ਤਾਂ ਰੋਮੀ ਨੇ ਜਿਹੜੀ ਪੂਰੀ ਇਹ ਸਾਜ਼ਿਸ਼ ਰਚੀ ਸੀਗੀ, ਮਾਸਟਰ ਮਾਈਂਡ ਜਿਹੜਾ ਇਸ ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਰੋਮੀ ਸੀਗਾ, ਜਿਸ ਨੂੰ ਹੁਣ ਪੰਜਾਬ ਪੁਲਿਸ ਜਿਹੜੀ ਹੈ ਉਹ ਹਾਂਗਕਾਂਗ ਤੋਂ ਪਟਿਆਲਾ ਲੈ ਕੇ ਪਹੁੰਚ ਚੁੱਕੀ ਹੈ। ਪਟਿਆਲਾ ਦੇ ਹਲਕਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਉਸਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਤਾਂ ਪੂਰੀ ਸਾਜ਼ਿਸ਼ ਰਚੀ ਗਈ ਸੀ, ਜਿਸ ਵਿੱਚ ਏ ਕੈਟਾਗਰੀ ਦੇ ਗੈਂਗਸਟਰ ਜਿਹੜੇ 4 ਫਰਾਰ ਹੁੰਦੇ ਨੇ, ਉਹਨਾਂ ਤੋਂ ਇਲਾਵਾ ਜਿਹੜੇ 2 ਅੱਤਵਾਦੀ ਸੀਗੇ ਉਹ ਫਰਾਰ ਹੁੰਦੇ ਨੇ। ਗੁਰਪ੍ਰੀਤ ਸੇਖੋਂ ਦੇ ਜਿਹੜਾ ਸੰਪਰਕ ਦੇ ਵਿੱਚ ਸੀਗਾ ਰਮਨਜੀਤ ਸਿੰਘ ਉਰਫ ਰੋਮੀ। ਤਾਂ ਰੋਮੀ ਨੂੰ ਹੁਣ ਭਾਰਤ ਲੈ ਕੇ ਪਹੁੰਚ ਚੁੱਕੀ ਹੈ ਪੁਲਿਸ, ਪੰਜਾਬ ਆ ਚੁੱਕਿਆ ਰੋਮੀ। ਤਾਂ ਉਸ ਤੋਂ ਪੁੱਛਗਿੱਛ ਜਿਹੜੀ ਹੈ ਕੀਤੀ ਜਾਵੇਗੀ। ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ, ਪਟਿਆਲਾ।